ਭਾਈ ਕਨ੍ਹਈਆ ਜੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ। ਭਾਈ ਕਨ੍ਹਈਆ ਜੀ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਇੱਕ ਬੜੇ ਹੀ ਦਿਆਲੂ ਸਿੱਖ ਰੂਪ ਵਿੱਚ ਆਉਂਦਾ ਹੈ, ਜਿਨ੍ਹਾਂ ਨੂੰ ਦੁਸ਼ਮਣਾਂ ਦੀ ਮਦਦ ਕਰਨਾ ਵੀ ਉਨ੍ਹਾਂ ਹੀ ਪਸੰਦ ਸੀ ਜਿੰਨਾ ਕਿ ਸਿੱਖਾਂ ਦੀ। ਭਾਈ ਜੀ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਸਿਪਾਹੀਆਂ ਨੂੰ ਪਾਣੀ ਪਿਲਾਉਣ ਦੇ ਨਾਲ ਨਾਲ ਉਹਨਾਂ ਦੀ ਮਲਮ ਪੱਟੀ ਵੀ ਕਰਦੇ ਸਨ, ਭਾਵੇਂ ਉਹ ਸਿਪਾਹੀ ਦੁਸ਼ਮਣ ਫੌਜ ਦਾ ਹੀ ਕਿਉਂ ਨਾ ਹੋਵੇ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਭਾਈ ਕਨ੍ਹਈਆ ਜੀ ਦੇ ਅਨੋਖੇ ਜੀਵਨ ਬਾਰੇ, ਪਰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਇਸ ਚੈਨਲ 'ਤੇ ਸਿੱਖ ਇਤਿਹਾਸ ਨਾਲ ਰਿਲੇਟਡ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ। ਭਾਈ ਕਨ੍ਹਈਆ ਜੀ ਦਾ ਜਨਮ ਸੰਨ 1648 ਵਿੱਚ ਸਡੌਰਾ ਨਾਂ ਦੇ ਪਿੰਡ ਵਿੱਚ ਹੋਇਆ, ਜੋ ਵਜ਼ੀਰਾਬਾਦ ਸਿਆਲਕੋਟ ਪਾਕਿਸਤਾਨ ਵਿੱਚ ਪੈਂਦਾ ਹੈ। ਭਾਈ ਸਾਹਿਬ ਦਾ ਪਰਿਵਾਰ ਖੱਤਰੀ ਸੀ ਅਤੇ ਆਪ ਦੇ ਪਿਤਾ ਇੱਕ ਧਨਾੜ ਵਪਾਰੀ ਸਨ। ਬਚਪਨ ਵਿੱਚ ਭਾਈ ਜੀ ਆਪਣੇ ਪਿਤਾ ਵੱਲੋਂ ਦਿੱਤੇ ਹੋਏ ਸਿੱਕਿਆਂ ਨੂੰ ਸੰਭਾਲ ਕੇ ਆਪਣੀ ਜੇਬ ਵਿੱਚ ਰੱਖ ਲੈਂਦੇ ਸਨ ਅਤੇ ਉਹਨਾਂ ਸਿੱਕਿਆਂ ਦੇ ਨਾਲ ਕੋਈ ਗਰੀਬ ਜਾਂ ਲੋੜਵੰਦ ਜੋ ਵੀ ਉਹਨਾਂ ਨੂੰ ਮਿਲਦਾ ਉਸ ਦੀ ਮਦਦ ਕਰਦੇ ਸਨ। ਏਦਾਂ ਕਰਦਿਆਂ ਕਾਫੀ ਸਮਾਂ ਲੰਘ ਗਿਆ। ਜਦੋਂ ਭਾਈ ਸਾਹਿਬ ਥੋੜ੍ਹੇ ਵੱਡੇ ਹੋਏ ਤਾਂ ਹੋਰਾਂ ਤਰੀਕਿਆਂ ਨਾਲ ਵੀ ਲੋਕਾਂ ਦੀ ਮਦਦ ਕਰਨਾ ਜਾਰੀ ਰੱਖਿਆ। ਭਾਈ ਸਾਹਿਬ ਹਰ ਰੋਜ਼ ਪਿੰਡ ਦੀ ਫਿਰਨੀ 'ਤੇ ਬੈਠ ਜਾਂਦੇ ਅਤੇ ਰਸਤੇ ਵਿੱਚੋਂ ਲੰਘਣ ਵਾਲੇ ਲੋਕਾਂ ਦੀ ਮਦਦ ਕਰਦੇ। ਜੇਕਰ ਉਹਨਾਂ ਨੂੰ ਕੋਈ ਬਜ਼ੁਰਗ ਦਿਖਾਈ ਦਿੰਦਾ ਜਿਸ ਕੋਲ ਕਿ ਭਾਰੀ ਵਸਤੂ ਹੁੰਦੀ ਤਾਂ ਉਹ ਉਸ ਵਸਤੂ ਨੂੰ ਆਪਣੇ ਸਿਰ 'ਤੇ ਰੱਖ ਕੇ ਕੁਝ ਮੀਲ ਤੱਕ ਸਫ਼ਰ ਕਰਦੇ ਤਾਂ ਕਿ ਉਸ ਰਾਹਗੀਰ ਨੂੰ ਥੋੜ੍ਹਾ ਆਰਾਮ ਮਿਲ ਸਕੇ ਅਤੇ ਫਿਰ ਮੀਲਾਂ ਦਾ ਸਫ਼ਰ ਤੈਅ ਕਰਕੇ ਦੁਬਾਰਾ ਆਪਣੇ ਪਿੰਡ ਵਿੱਚ ਵਾਪਸ ਪਰਤਦੇ। ਅਜਿਹਾ ਉਹ ਹਰ ਰੋਜ਼ ਕਰਨ ਲੱਗੇ। ਜਦੋਂ ਭਾਈ ਕਨ੍ਹਈਆ ਜੀ ਦੀ ਮਾਤਾ ਨੂੰ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਲੋਕ ਕੀ ਕਹਿਣਗੇ ਕਿ ਇੰਨੇ ਧਨਾੜ ਅਤੇ ਅਮੀਰ ਵਪਾਰੀ ਦਾ ਪੁੱਤਰ ਮਜ਼ਦੂਰੀ ਕਰ ਰਿਹਾ ਹੈ। ਇਹ ਸੁਣ ਕੇ ਭਾਈ ਸਾਹਿਬ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨਾ ਮੈਨੂੰ ਚੰਗਾ ਲੱਗਦਾ ਹੈ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਕਨ੍ਹਈਆ ਜੀ ਬਚਪਨ ਤੋਂ ਹੀ ਬੜੇ ਦਿਆਲੂ ਸੁਭਾਅ ਦੇ ਸਨ। ਕੁਝ ਸਮੇਂ ਬਾਅਦ ਭਾਈ ਜੀ ਦੇ ਪਿਤਾ ਜੀ ਸਵਰਗ ਸਧਾਰ ਗਏ ਤਾਂ ਵਪਾਰ ਦਾ ਸਾਰਾ ਜ਼ਿੰਮਾ ਭਾਈ ਜੀ ਦੇ ਮੋਢਿਆਂ 'ਤੇ ਆ ਗਿਆ। ਇੱਕ ਦਿਨ ਵਪਾਰ ਦੇ ਸਿਲਸਿਲੇ ਵਿੱਚ ਭਾਈ ਜੀ ਇੱਕ ਹੋਰ ਸਿੱਖ ਭਾਈ ਨਨੂਆ ਜੀ ਨੂੰ ਮਿਲੇ, ਜੋ ਕਿ ਗੁਰੂ ਘਰ ਦੇ ਬੜੇ ਵੱਡੇ ਸਿੱਖ ਸਨ। ਭਾਈ ਨਨੂਆ ਜੀ ਅੰਮ੍ਰਿਤ ਵੇਲੇ ਉੱਠਦੇ ਅਤੇ ਬਾਣੀ ਦਾ ਪਾਠ ਕਰਦੇ। ਇੱਕ ਦਿਨ ਪਾਠ ਕਰਦੇ ਸਮੇਂ ਭਾਈ ਕਨ੍ਹਈਆ ਜੀ ਵੀ ਕੋਲ ਬੈਠੇ ਸਨ। ਗੁਰਬਾਣੀ ਦਾ ਮਧੁਰ ਪਾਠ ਸੁਣ ਕੇ ਭਾਈ ਕਨ੍ਹਈਆ ਜੀ ਦੇ ਮਨ ਅੰਦਰ ਵੱਖਰੀ ਹੀ ਖੁਸ਼ੀ ਝਲਕ ਉੱਠੀ, ਜਿਵੇਂ ਸਾਰੀ ਦੁਨੀਆ ਦਾ ਗਿਆਨ ਉਸ ਅੰਦਰ ਪਰੋਇਆ ਗਿਆ ਹੋਵੇ, ਜਿਵੇਂ ਜਨਮ ਮਰਨ ਦੇ ਗੇੜ ਦਾ ਪਤਾ ਲੱਗ ਗਿਆ ਹੋਵੇ, ਜਿਵੇਂ ਜ਼ਿੰਦਗੀ ਦੇ ਅੰਦਰ ਦਾ ਖਾਲੀਪਣ ਭਰਿਆ ਗਿਆ ਹੋਵੇ। ਇਹ ਸ਼ਬਦ ਸੁਣ ਕੇ ਭਾਈ ਕਨ੍ਹਈਆ ਜੀ ਤ੍ਰਿਪਤ ਹੋ ਗਏ ਅਤੇ ਸੋਚਣ ਲੱਗੇ ਕਿ ਭਾਵੇਂ ਉਹਨਾਂ ਨੇ ਬੜੇ ਹੀ ਚੰਗੇ ਕਰਮ ਕੀਤੇ ਨੇ, ਪਰ ਫਿਰ ਵੀ ਜ਼ਿੰਦਗੀ ਵਿੱਚ ਨਾਮ ਬਾਣੀ ਅਜੇ ਵੀ ਮੁਕੰਮਲ ਨਹੀਂ ਹੋਈ ਅਤੇ ਇਹ ਜ਼ਿੰਦਗੀ ਨਾਮ ਬਾਣੀ ਤੋਂ ਬਿਨਾਂ ਅਧੂਰੀ ਹੈ। ਭਾਈ ਕਨ੍ਹਈਆ ਜੀ ਨੇ ਭਾਈ ਨਨੂਆ ਜੀ ਨੂੰ ਕਿਹਾ ਕਿ ਉਹ ਵੀ ਇਹ ਗੁਰਮੰਤਰ ਜਾਣਨਾ ਚਾਹੁੰਦੇ ਨੇ ਤਾਂ ਭਾਈ ਨਨੂਆ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਕੋਲ ਚਲੇ ਜਾਓ। ਇਹ ਸੁਣ ਕੇ ਭਾਈ ਕਨ੍ਹਈਆ ਜੀ ਉਸੇ ਸਮੇਂ ਗੁਰੂ ਜੀ ਕੋਲ ਚਲੇ ਗਏ। ਗੁਰੂ ਤੇਗ ਬਹਾਦਰ ਜੀ ਕੋਲ ਰਹਿਣ ਲੱਗੇ ਅਤੇ ਉਹਨਾਂ ਦੇ ਪੱਕੇ ਸਿੱਖ ਬਣ ਗਏ ਭਾਈ ਕਨ੍ਹਈਆ ਜੀ, ਅਤੇ ਹੁਣ ਆਪ ਜੀ ਲੰਗਰ ਵਿੱਚ ਹਰ ਰੋਜ਼ ਸੇਵਾ ਕਰਦੇ ਅਤੇ ਫਿਰ ਗੁਰੂ ਘਰ ਦੇ ਘੋੜਿਆਂ ਦੀ ਦੇਖਭਾਲ ਕਰਦੇ। ਉਹਨਾਂ ਦੀ ਅਥਾਹ ਸੇਵਾ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਜੀ ਨੂੰ ਵਰ ਦਿੱਤਾ ਕਿ ਉਹਨਾਂ ਦੀ ਇਹ ਸੇਵਾ ਬਹੁਤ ਲੋੜਵੰਦਾਂ ਲਈ ਹਮੇਸ਼ਾ ਰਾਹਤ ਪ੍ਰਦਾਨ ਕਰਦੀ ਰਹੇਗੀ ਅਤੇ ਸਦਾ ਹੀ ਯਾਦ ਕੀਤੀ ਜਾਵੇਗੀ। ਹੁਣ ਉਹ ਸਮਾਂ ਆਇਆ ਸੰਨ 1704 ਅਤੇ 1705 ਦਾ,
ਜਦੋਂ ਮੁਗਲ ਸਰਕਾਰ ਨੇ ਤੇ ਹਿੰਦੂ ਰਾਜਿਆਂ ਨੇ ਅਨੰਦਪੁਰ ਸਾਹਿਬ ਤੇ ਹੱਲਾ ਬੋਲਿਆ, ਸਿੱਖਾਂ ਦੀ ਫੌਜ ਤੇ ਦੁਸ਼ਮਣਾਂ ਦੀ ਫੌਜ ਵਿੱਚ ਘਮਸਾਨ ਦਾ ਯੁੱਧ ਹੋਇਆ। ਚਾਰੇ ਪਾਸੇ ਫੱਟੜ ਸਿਪਾਹੀ ਕਰਲਾਉਂਦੇ ਹੋਏ ਜ਼ਮੀਨ ਤੇ ਡਿੱਗੇ ਹੋਏ ਸਨ, ਜਿਨ੍ਹਾਂ ਦੇ ਭਾਈ ਕਨ੍ਹਈਆ ਜੀ ਸਹਾਰਾ ਦੇ ਕੇ ਉਠਾਉਂਦੇ ਤੇ ਆਪਣੇ ਮੋਢੇ ਤੇ ਟੰਗੀ ਹੋਈ ਮਸ਼ਕ ਵਿੱਚੋਂ ਪਾਣੀ ਪਿਲਾਉਂਦੇ। ਸਾਰਾ ਸਾਰਾ ਦਿਨ ਜੰਗ ਦੇ ਮੈਦਾਨ ਵਿੱਚ ਭਾਈ ਕਨ੍ਹਈਆ ਜੀ ਘੁੰਮਦੇ ਰਹਿੰਦੇ ਤੇ ਲੋੜਵੰਦ ਸਿਪਾਹੀਆਂ ਨੂੰ ਪਾਣੀ ਪਿਲਾ ਕੇ ਉਹਨਾਂ ਦੀ ਮਦਦ ਕਰਦੇ, ਇਹ ਦੇਖੇ ਬਿਨਾਂ ਕਿ ਉਹ ਸਿਪਾਹੀ ਸਿੱਖ ਹੈ ਜਾਂ ਦੁਸ਼ਮਣ ਫੌਜ ਦਾ। ਭਾਈ ਕਨ੍ਹਈਆ ਜੀ ਦਾ ਇਹ ਸੁਭਾਅ ਦੇਖ ਕੇ ਸਿੱਖ ਫੌਜੀ ਕ੍ਰੋਧ ਵਿੱਚ ਆ ਗਏ ਕਿ ਭਾਈ ਜੀ ਦੁਸ਼ਮਣਾਂ ਦੀ ਮਦਦ ਕਰ ਰਹੇ ਨੇ, ਜਦਕਿ ਅਸੀਂ ਉਹਨਾਂ ਨੂੰ ਖਤਮ ਕਰਦੇ ਹਾਂ ਤਾਂ ਭਾਈ ਜੀ ਫਿਰ ਤੋਂ ਪਾਣੀ ਪਿਲਾ ਕੇ ਉਹਨਾਂ ਦੇ ਅੰਦਰ ਹਿੰਮਤ ਫੂਕ ਦਿੰਦੇ ਨੇ। ਇਹ ਸ਼ਿਕਾਇਤ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਗਏ ਕਿ ਭਾਈ ਕਨ੍ਹਈਆ ਜੀ ਨੂੰ ਵਾਰ ਵਾਰ ਸਮਝਾਉਣ ਤੋਂ ਬਾਅਦ ਵੀ ਭਾਈ ਸਾਹਿਬ ਦੁਸ਼ਮਣਾਂ ਦੀ ਮਦਦ ਕਰਨੋਂ ਨਹੀਂ ਟਲੇ। ਇਹ ਸੁਣ ਕੇ ਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਦਰਬਾਰ ਵਿੱਚ ਬੁਲਾ ਭੇਜਿਆ ਤੇ ਪੁੱਛਿਆ ਕਿ ਸਾਡੇ ਬਹਾਦਰ ਸਿੰਘ ਯੋਧੇ ਇਹ ਦੱਸਦੇ ਨੇ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਤੋਂ ਉਹਨਾਂ ਨੂੰ ਜੰਗੇ ਮੈਦਾਨ ਵਿੱਚ ਲੜਨ ਜੋਗਾ ਕਰ ਦਿੰਦੇ ਹੋ ਤਾਂ ਕਿ ਦੁਸ਼ਮਣ ਫੌਜੀ ਫਿਰ ਤੋਂ ਸਿੰਘਾਂ ਨਾਲ ਭਿੜ ਸਕਣ, ਕੀ ਇਹ ਸੱਚ ਹੈ? ਭਾਈ ਕਨ੍ਹਈਆ ਜੀ ਨੇ ਕਿਹਾ ਕਿ ਮੇਰੇ ਪਾਤਸ਼ਾਹ, ਇਹ ਗੱਲ ਬਿਲਕੁਲ ਸੱਚ ਹੈ, ਪਰ ਮੈਂ ਇਹ ਕਦੇ ਨਹੀਂ ਦੇਖਿਆ ਕਿ ਉਹ ਸਿਪਾਹੀ ਮੁਗਲ ਹੈ ਜਾਂ ਸਿੱਖ। ਮੈਨੂੰ ਤਾਂ ਉਹ ਸਭ ਬਰਾਬਰ ਮਨੁੱਖ ਲੱਗਦੇ ਨੇ ਤੇ ਰੱਬ ਦੇ ਬੱਚੇ ਲੱਗਦੇ ਨੇ, ਤੇ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਪਰਮਾਤਮਾ ਦੇ ਸਭ ਬੱਚਿਆਂ ਦੀ ਇੱਕ ਸਾਰ ਮਦਦ ਕਰਨੀ ਚਾਹੀਦੀ ਹੈ, ਬਿਨਾਂ ਇਹ ਦੇਖੇ ਸਮਝੇ ਕਿ ਉਹ ਕਿਸ ਜਾਤ ਜਾਂ ਧਰਮ ਦਾ ਹੈ। ਭਾਈ ਕਨ੍ਹਈਆ ਜੀ ਦੀ ਇਹ ਗੱਲ ਦਾ ਉੱਤਰ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਭਾਈ ਕਨ੍ਹਈਆ ਜੀ, ਗੁਰਬਾਣੀ ਦੇ ਅਸਲ ਅਰਥ ਤਾਂ ਤੁਸੀਂ ਹੀ ਜਾਣਦੇ ਹੋ। ਇਹ ਕਹਿ ਕੇ ਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਮਲਮ ਪੱਟੀ ਦਿੱਤੀ ਤੇ ਕਿਹਾ ਕਿ ਭਾਈ ਜੀ, ਹੁਣ ਤੋਂ ਤੁਸੀਂ ਸਭ ਨੂੰ ਪਾਣੀ ਪਿਲਾਉਣ ਦੇ ਨਾਲ ਨਾਲ ਉਹਨਾਂ ਦੀ ਮਲਮ ਪੱਟੀ ਵੀ ਕਰਨੀ ਹੈ। ਫਿਰ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਸੰਗਤ ਜੀ, ਭਾਈ ਕਨ੍ਹਈਆ ਜੀ ਇੱਕ ਨੇਕ ਰੂਹ ਨੇ ਜੋ ਸਭ ਨੂੰ ਇੱਕੋ ਜਿਹਾ ਸਮਝਦੇ ਨੇ, ਰੰਗਾਂ ਤੇ ਜਾਤਾਂ ਵਿੱਚ ਕੋਈ ਅੰਤਰ ਨਹੀਂ ਕਰਦੇ ਤੇ ਗੁਰਬਾਣੀ ਤੇ ਅਮਲ ਕਰਦੇ ਨੇ। ਉਹਨਾਂ ਦੀ ਇਹ ਅਦੁੱਤੀ ਤੇ ਨਿਸ਼ਕਾਮ ਸੇਵਾ ਹਮੇਸ਼ਾ ਅਮਰ ਰਹੇਗੀ। ਹੁਣ ਭਾਈ ਕਨ੍ਹਈਆ ਜੀ ਸੰਨ 1718 ਵਿੱਚ ਇੱਕ ਦਿਨ ਆਸਾ ਦੀ ਵਾਰ ਦਾ ਪਾਠ ਸੁਣਦੇ ਹੋਏ ਇਸ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਨੇ ਇੱਕ ਧਰਮਸ਼ਾਲਾ ਦੀ ਸਥਾਪਨਾ ਵੀ ਕੀਤੀ ਜੋ ਲੋੜਵੰਦਾਂ ਤੇ ਨਿਆਸਰਿਆਂ ਦੀ ਮਦਦ ਕਰਦੀ ਹੈ। ਭਾਈ ਕਨ੍ਹਈਆ ਜੀ ਨੇ ਆਪਣੇ ਪਿਤਾ ਤੋਂ ਸਿੱਖੇ ਹੋਏ ਵਪਾਰ ਦੇ ਗੁਣਾਂ ਕਾਰਨ ਇੱਕ ਰੱਸੀ ਬਣਾਉਣ ਦਾ ਵਪਾਰ ਸ਼ੁਰੂ ਕੀਤਾ, ਜਿੱਥੋਂ ਦਾ ਸਾਰਾ ਮੁਨਾਫਾ ਇਸ ਧਰਮਸ਼ਾਲਾ ਨੂੰ ਆਉਂਦਾ ਹੈ ਜੋ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਵਰਤਿਆ ਜਾਂਦਾ ਹੈ। ਇਹ ਛੋਟੀ ਜਿਹੀ ਵੀਡੀਓ ਸੀ ਭਾਈ ਕਨ੍ਹਈਆ ਜੀ ਦੇ ਜੀਵਨ ਉੱਤੇ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਹੋਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ। ਮਿਲਦੇ ਹਾਂ ਸਿੱਖ ਧਰਮ ਨਾਲ ਰਿਲੇਟਡ ਇੱਕ ਨਵੀਂ ਵੀਡੀਓ ਲੈ ਕੇ ਇਸ ਚੈਨਲ ਦੇ ਉੱਤੇ। ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।